ਤੁਸੀਂ ਦੇਖ ਰਹੇ ਹੋ APN ਲਾਈਵ। ਇਹ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸਭ ਲੁਧਿਆਣੇ ਵਿੱਚ ਪੈਂਦੇ ਮੰਜਲੀ ਰੈਸਟੋਰੈਂਟ ਦੀਆਂ ਹਨ, ਜਿੱਥੇ ਕਾਂਗਰਸ ਹਾਈਕਮਾਨ ਦੀ ਵੱਡੇ ਪੱਧਰ ਤੇ ਮੀਟਿੰਗ ਕਰਵਾਈ ਗਈ, ਜਿਸ ਵਿੱਚ ਨਾਰਾਜ਼ ਹੋਏ ਕਾਂਗਰਸੀ ਦੀ ਮੁੜ ਘਰ ਵਾਪਸੀ ਕਰਵਾਈ ਗਈ। ਅਤੇ ਇਸ ਮੌਕੇ ਤੇ ਰਾਜਾ ਵੜਿੰਗ, XML ਸੰਜੇ ਤਲਵਾੜ ਅਤੇ ਅਨੇਕਾਂ ਮਹਾਨ ਹਸਤੀਆਂ ਨੇ ਭਾਗ ਲਿਆ। ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਵਿਸ਼ੇਸ਼ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ। ਬਹੁਤ ਹੀ ਭਾਰੀ ਉਤਸ਼ਾਹ ਵਰਕਰਾਂ ਦੇ ਵਿੱਚ ਅੱਜ ਦੇਖ ਕੇ ਬਹੁਤ ਖੁਸ਼ੀ ਹੋਈ ਆ ਕਿ ਕਾਂਗਰਸ ਪਾਰਟੀ ਨੂੰ ਅੱਜ ਵੀ ਲੋਕੀ ਕਿੰਨਾ ਪਿਆਰ ਕਰਦੇ ਆ। ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ, ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ, ਸੰਜੇ ਤਲਵਾੜ ਜੀ ਜਿੰਦਾਬਾਦ, ਰਾਜਾ ਵੜਿੰਗ ਜੀ ਜਿੰਦਾਬਾਦ, ਰਾਹੁਲ ਗਾਂਧੀ ਜੀ ਜਿੰਦਾਬਾਦ। ਅੱਜ ਦਾ ਜਿਹੜਾ ਦੌਰਾ ਹੈ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਦੇਖਦਿਆਂ ਹੋਇਆਂ ਅਸੀਂ ਹਰ ਵਾਰਡ ਦੇ ਵਿੱਚ ਜਾ ਰਹੇ ਹਾਂ। ਅੱਜ ਦੂਜਾ ਦਿਨ ਹੈ ਮੇਰਾ ਔਰ ਅਸੀਂ 95 ਵਾਰਡਸ ਨੇ ਆਉਣ ਵਾਲੇ ਸਮੇਂ 'ਚ। ਅਸੀਂ ਮੈਨੂੰ ਲੱਗਦਾ ਕਿ ਤਕਰੀਬਨ ਹਰ ਵਾਰਡ ਦੇ ਵਿੱਚ ਜਾ ਕੇ ਮੀਟਿੰਗ ਕਰਾਂਗੇ, ਲੋਕਾਂ ਨਾਲ ਗੱਲਬਾਤ ਕਰਾਂਗੇ ਔਰ ਜਿਹੜੇ ਉਮੀਦਵਾਰ ਲੋਕਾਂ ਦੇ ਚਹੇਤੇ ਹੋਣਗੇ ਉਹਨਾਂ ਨੂੰ ਅਸੀਂ ਟਿਕਟਾਂ ਦੇ ਕੇ ਨਿਵਾਜਾਂਗੇ ਤਾਂ ਜੋ ਉਹ ਲੋਕਾਂ ਦੀ ਸੇਵਾ ਕਰ ਸਕਣ। ਸਰ ਇਹ ਚੱਲਦਾ ਰਹਿੰਦਾ, ਉਹ ਜਿਹੜੇ ਲੋਕ ਸੱਤਾ ਦੇ ਨਾਲ ਜੁੜੇ ਹੁੰਦੇ ਆ ਉਹ ਅਕਸਰ ਹੀ ਸਮਾਂ ਆਉਣ 'ਤੇ, ਔਖਾ ਸਮਾਂ ਆਉਣ 'ਤੇ ਛੱਡ ਜਾਇਆ ਕਰਦੇ, ਲੇਕਿਨ ਕੋਈ ਪਰਵਾਹ ਨਹੀਂ। ਤੁਸੀਂ ਦੇਖਿਆ ਹੋਣਾ 8 ਮਹੀਨਿਆਂ ਦੇ ਬਾਅਦ ਕਿਸ ਪ੍ਰਕਾਰ ਦਾ ਲੋਕ ਵਾਰਡ ਵਾਈਜ਼, ਇੱਕ ਇੱਕ ਵਾਰਡ ਵਾਈਜ਼ ਮੀਟਿੰਗਾਂ ਹੋ ਰਹੀਆਂ, 400-400 ਬੰਦਾ ਅਤੇ ਔਰਤਾਂ ਆ ਰਹੀਆਂ। ਮੈਨੂੰ ਲੱਗਦਾ ਕਿ ਲੋਕ ਇਹ ਮੰਨ ਰਹੇ ਨੇ ਕਿ ਜੋ ਕਾਂਗਰਸ ਪਾਰਟੀ ਨੇ ਕੀਤੇ ਕੰਮ ਹੈ ਕਿਤੇ ਨਾ ਕਿਤੇ ਉਹਨਾਂ ਤੋਂ ਗਲਤੀ ਹੋਈ ਹੈ। ਸੋ ਮੈਨੂੰ ਲੱਗਦਾ ਕਿ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਸਾਨੂੰ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਹੋਈ। ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਸੀਵਰੇਜ ਦੇ ਕਿੰਨੇ ਹੋਲ ਹੈ ਮੇਰੇ ਮਹੱਲੇ ਦੇ ਵਿੱਚ, ਕਿੰਨੀਆਂ ਉਹ ਉੱਥੇ ਟੱਕਣ ਹੈ ਤੇ ਕਿੰਨੀਆਂ ਲਾਈਟਸ ਲੱਗੀਆਂ ਤੇ ਕਿੱਥੇ ਕਿੱਥੇ ਕਿਹੜੀ ਦੁਕਾਨ ਹੈ। ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਵਾਰਡ ਦੇ ਫਲਾਹ ਬੰਦੇ ਡਾਕਟਰ ਰਜਿੰਦਰ ਸਿੰਘ ਦੇ ਘਰੇ ਕਿੰਨੇ ਮੈਂਬਰ ਹੈ, ਕਿੰਨੇ ਜਵਾਕ ਹੈ, ਕਿੰਨੇ ਵਿਆਹ ਹੈ, ਕਿੰਨੇ ਕੁਆਰੇ, ਜਿਹੜਾ ਵਿਆਹ ਹੈ ਉਹ ਕਿੱਥੇ ਗਿਆ ਹੈ, ਡਾਕਟਰ ਸਾਹਿਬ ਦੀ ਨੂੰਹ ਨਾਲ ਬਣਦੀ ਹੈ ਕਿ ਨਹੀਂ ਬਣਦੀ, ਉੱਥੋਂ ਤੱਕ ਪਤਾ ਹੋਣਾ ਚਾਹੀਦਾ। ਇਹਨੂੰ ਇਸ ਗੱਲ ਦੀ ਜਾਣਕਾਰੀ ਹੋਏਗੀ ਅਗਰ ਉਹ MC ਦਾ ਚੁਣਾਵ ਲੜੇਗਾ ਕਾਰਪੋਰੇਸ਼ਨ ਦਾ, ਤਾਂ ਉਹ ਜ਼ਰੂਰ 100% ਜਿੱਤੇਗਾ। ਤਲਵਾਰ ਸਾਹਿਬ ਤੁਹਾਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਪਈ। ਰਾਜਾ ਵੜਿੰਗ ਜੀ, ਇੱਥੇ ਪਹੁੰਚਣ ਦਾ ਮਕਸਦ ਸਾਡਾ ਇਹ ਹੈ ਕਿ ਅਸੀਂ ਕਾਂਗਰਸ ਪਾਰਟੀ ਨੂੰ ਆਪਣੇ ਨੂੰ ਮਜ਼ਬੂਤ ਕਰਨਾ ਔਰ ਸਾਡੇ ਜਿਹੜੇ ਵਰਕਰ ਨੇ ਚੇਤਨ ਜੀ, ਇਹਨਾਂ ਨੇ ਲੋਕਡਾਊਨ ਦੇ ਵਿੱਚ ਵੀ ਪੂਰੀ ਡਟ ਕੇ ਸੇਵਾ ਕੀਤੀ ਹੈ। ਪ੍ਰਿੰਸ ਜੀ ਨੇ ਵੀ ਲੋਕਡਾਊਨ ਦੇ ਵਿੱਚ ਲੰਗਰ ਬਣਾ ਬਣਾ ਕੇ ਡਟ ਕੇ ਸੇਵਾ ਕੀਤੀ ਹੈ। ਔਰ ਜਿਹੜੀ ਇਹ ਪਾਰਟੀ ਕਾਂਗਰਸ ਪਾਰਟੀ ਆ, ਇਹਦੇ ਵਿੱਚ ਮਹਿੰਗਾਈ ਦਾ ਕੋਈ ਵਾਧਾ ਨਹੀਂ ਸੀਗਾ। ਜਿਹੜਾ ਵਾਧਾ ਜਿਹੜਾ ਹੁਣ ਕੀਤਾ ਆ ਇਹ BJP ਪਾਰਟੀ ਨੇ ਔਰ ਆਮ ਪਾਰਟੀ ਦੀ ਸਰਕਾਰ ਨੇ ਰਲ ਕੇ ਕੀਤਾ ਆ। ਉਹ ਬੰਦ ਮੰਦ ਦਾ ਚੁਟਕਲਿਆਂ ਵਿੱਚ ਹੀ ਵਧੀਆ ਲੱਗਦਾ ਸੀਗਾ, ਉਹਨੂੰ ਹੁਣ ਵੀ ਚੁਟਕਲੇ ਹੀ ਸੁਣਾਉਣੇ ਚਾਹੀਦੇ ਔਰ ਹਲੇ ਵੀ ਚੁਟਕਲੇ ਹੀ ਸੁਣਾ ਰਿਹਾ ਸਟੇਜ 'ਤੇ ਉਹ। ਉਹਨੂੰ ਇੰਨਾ ਨਹੀਂ ਪਤਾ ਹੈਗਾ ਮੈਂ ਹੁਣ ਆਪਣੇ ਮੂੰਹ ਉਹਦੀ ਕੀ ਤਾਰੀਫ ਉਹਦੀ ਕਰਾਂ। ਉਹਨੂੰ ਉੱਥੇ ਜਾ ਕੇ ਗੁਜਰਾਤ ਵਿੱਚ ਜਾ ਕੇ ਵੋਟਾਂ ਮੰਗਣ ਗਿਆ, ਹਿਮਾਚਲ ਜਾ ਕੇ ਵੋਟਾਂ ਮੰਗ ਰਹੇ, ਜਿਹੜੇ ਇੱਥੇ ਵਾਰਦਾਤ ਹੋ ਰਹੀ ਉਹ ਉਹਨਾਂ ਨੂੰ ਕੌਣ ਜਾ ਕੇ ਹੈਂਡਲ ਕਰੇਗਾ, ਜਿਹੜੇ ਇੱਥੇ ਕਿਸੇ ਨਾਲ ਗੈਂਗਸਟਰਵਾਦ ਹੋ ਰਹੀ ਆ, ਕੋਈ ਰੇਪ ਹੋ ਰਿਹਾ, ਕੋਈ ਕਿਸੇ ਦਾ ਮੋਬਾਈਲ ਖੋ ਹੋ ਰਿਹਾ ਕਿੱਦਾਂ, ਉਹਦੇ ਬਾਰੇ ਕੀ ਉਹਨੂੰ ਪਤਾ ਨਹੀਂ। ਹਾਂਜੀ ਪ੍ਰਿੰਸ ਸਰ, ਕੀ ਕਹਿਣਾ ਚਾਹੁੰਦੇ ਅੱਜ ਦੀ ਜਿਹੜੀ ਪ੍ਰੋਗਰਾਮ ਬਾਰੇ? ਅੱਜ ਦੀ ਜੋ ਮੀਟਿੰਗ ਸੀਗੀ ਸਾਡੇ ਹਲਕਾ ਪੂਰਬੀ ਈਸਟ ਦੇ ਵਿੱਚ ਸੀ,
ਅੱਜ ਰਾਜਾ ਵੜਿੰਗ ਜੀ ਸਾਡੇ MLA ਸੰਜੇ ਤਲਵਾੜ ਜੀ ਜੋ ਕਿ ਆ ਜ਼ਿਲ੍ਹਾ ਪ੍ਰਧਾਨ ਬਣ ਗਏ ਨੇ ਉਹਨਾਂ ਨੂੰ ਮੈਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਸਾਡੇ MLA ਸਾਹਿਬ ਨੇ ਬਹੁਤ ਜ਼ਿਆਦਾ ਕੰਮ ਕਰਾਏ ਜੀ ਹਲਕਾ ਪੂਰਬੀ ਦੇ ਵਿੱਚ, ਕੋਈ ਐਸਾ ਕੰਮ ਨਹੀਂ ਜਿਹੜਾ ਰਹਿੰਦਾ ਹੋਵੇ। ਠੀਕ ਹੈ ਜੀ, ਅੱਜ ਸਾਡਾ ਵੀ ਬਹੁਤ ਮਾਣ ਵਧਿਆ ਜੀ, ਸਾਡਾ ਅੱਜ ਪੂਰਾ ਸਾਥ ਦੇ ਰਹੇ ਨੇ, ਉਹ ਹਰ ਪਾਸੇ ਸਾਡੇ ਨਾਲ ਖੜ੍ਹ ਰਹੇ ਨੇ। ਠੀਕ ਹੈ ਜੀ, ਅਤੇ 5 ਨੰਬਰ ਵਾਰਡ ਦੇ ਵਿੱਚ ਕੋਈ ਵੀ ਐਸਾ ਕੰਮ ਜਿਹੜਾ ਰਹਿੰਦਾ ਹੋਊਗਾ ਉਹ ਸਾਰੇ ਕੰਮ ਆਪਾਂ ਕਰਾਵਾਂਗੇ। ਬਿਲਕੁਲ ਜੀ ਬਿਲਕੁਲ, ਵਾਰਡ ਦੇ ਵਿੱਚ ਹਲਕਾ ਪੂਰਬੀ ਮੈਂ ਬਲਾਕ ਪ੍ਰੈਜ਼ੀਡੈਂਟ ਹਾਂ ਜੀ, ਹਲਕਾ ਪੂਰਬੀ ਸਾਰਾ ਮੇਰੇ ਅੰਡਰ ਆ ਜੀ। ਮੈਂ ਜੀ BJP ਪਾਰਟੀ ਦੇ ਵਿੱਚ ਮੈਂ ਗਿਆ ਨਹੀਂ ਸੀ, ਮੈਨੂੰ ਗੁੰਮਰਾਹ ਕਰਕੇ ਲੈ ਕੇ ਗਏ। ਠੀਕ ਹੈ ਜੀ, ਮੈਂ ਜਦੋਂ ਗਿਆ ਸੀ ਮੈਂ ਤਾਂ ਨੈਕਸਟ ਡੇ ਹੀ ਆਪਣਾ ਯੂ ਟਰਨ ਮਾਰ ਲਿਆ ਆਪਣੀ ਪਾਰਟੀ 'ਚ, ਕਿਉਂਕਿ ਜਿਹੜੀ ਮੇਰੀ ਪਾਰਟੀ ਹੈ ਜੀ, ਕਾਰਨ ਦੇਖ ਲਓ ਜੀ, ਆਪਾਂ ਕਿਸੇ ਨੂੰ ਭਰਾ ਦੇ ਤੌਰ 'ਤੇ ਜਦੋਂ ਕਿਸੇ ਦੇ ਨਾਲ ਚੱਲ ਪੈਂਦੇ ਹਾਂ, ਠੀਕ ਹੈ ਜੀ, ਉਹਦੇ ਨਾਲ ਚੱਲ ਪਏ ਜੀ। ਸਾਡਾ ਕੋਈ ਉੱਥੇ ਕੋਈ ਸਿਸਟਮ ਨਹੀਂ ਸੀ ਜਾਣਦਾ, ਕੋਈ ਸਾਡਾ ਮੈਟਰ ਨਹੀਂ ਸੀਗਾ ਕਿ ਅਸੀਂ ਉਸ ਪਾਰਟੀ, ਕਿਉਂਕਿ ਸਾਡੀ ਪਾਰਟੀ ਜਿਹੜੀ ਹੈ ਨਾ ਕਾਂਗਰਸ ਪਾਰਟੀ, ਸ਼ੁਰੂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਾਂ, ਕਿਉਂਕਿ ਜੋ ਕੰਮ ਅਸੀਂ ਕਾਂਗਰਸ ਪਾਰਟੀ 'ਚ ਕਰ ਸਕਦੇ ਆਪਾਂ ਹੋਰ ਕਿਸੇ ਪਾਰਟੀ 'ਚ ਨਹੀਂ ਕਰਦੇ। ਜੋ ਵਰਕਰ ਜਾ ਰਹੇ ਨੇ ਉਹ ਆਪਣਾ ਆਪ ਨੁਕਸਾਨ ਕਰੂਗੇ ਜੀ। ਠੀਕ ਹੈ ਜੀ, BJP ਸਰਕਾਰ ਦਾ ਕੋਈ ਮੌਜੂਦ ਨਹੀਂ ਹੈਗਾ ਜੀ, ਕਾਂਗਰਸ ਪਾਰਟੀ ਬਹੁਤ ਮਜ਼ਬੂਤ ਪਾਰਟੀ ਹੈ ਜੀ। ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਹਿੰਦਾ ਜੀ ਲੁਧਿਆਣੇ ਦੇ ਵਿੱਚ ਜਿੰਨੀਆਂ ਸੀਟਾਂ ਨੇ ਕਾਂਗਰਸ ਪਾਰਟੀ ਹੀ ਲੈ ਕੇ ਜਾਊਗੀ। ਜਿਸ ਤਰ੍ਹਾਂ ਅੱਜ ਇੱਥੇ ਗੱਲ ਕੀਤੀ ਗਈ ਹੈ ਵੀ ਜਿਹੜੀ, ਹਾਂਜੀ ਸਰ ਕੀ ਕਹਿਣਾ ਚਾਹੁੰਦੇ ਅੱਜ ਕਾਂਗਰਸ ਪਾਰਟੀ ਦੇ? ਦੇਖੋ ਜੀ, ਅੱਜ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਰਾਜਾ ਵੜਿੰਗ ਜੀ ਔਰ ਸਾਡੇ MLA ਸਾਹਿਬ ਸੰਜੇ ਤਲਵਾਰ ਜੀ, ਜਿਹੜੇ ਕਿ ਹੁਣ ਲੁਧਿਆਣਾ ਦੇ ਪ੍ਰੈਜ਼ੀਡੈਂਟ ਬਣ ਚੁੱਕੇ ਨੇ, ਮੈਂ ਬਹੁਤ ਬਹੁਤ ਪਹਿਲਾਂ ਤਾਂ ਸ਼ੁਕਰੀਆ ਕਰਦਾ ਤੁਹਾਡਾ ਨਿਊਜ਼ ਚੈਨਲ ਦਾ, ਜਿਹੜਾ ਕਿ ਤੁਸੀਂ ਆ ਕੇ ਇੱਥੇ ਮੇਰਾ ਮਾਣ ਵਧਾਇਆ, ਔਰ ਮੇਰੀ ਮਾਤਰ ਸ਼ਕਤੀ ਜਿੰਨੇ ਵੀ ਮੇਰੇ ਭੈਣ ਭਰਾ ਸਾਰੇ ਆਏ ਨੇ, ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ। ਦੇਖੋ ਰਾਜਨੀਤੀ ਲਾਈਨ ਦੇ ਵਿੱਚ ਤਾਂ ਮੈਂ ਕਾਂਗਰਸ ਪਾਰਟੀ ਨਾਲ ਆਪਣੇ ਓਨ ਬਾਏ ਬਰਥ ਹੀ ਜੁੜਿਆ ਹੋਇਆ। ਠੀਕ ਹੈ ਜੀ, ਰਿਹਾ ਮੇਰਾ ਤਾਂ ਸਾਹਮਣੇ ਖੁੱਲ੍ਹ ਕੇ ਆਉਂਦਾ, ਪਹਿਲਾਂ ਮੈਂ ਇੱਥੇ ਐਕਸ ਕੌਂਸਲਰ ਹੈਗੇ ਆ ਉਹਨਾਂ ਨਾਲ ਚੱਲਦਾ ਸੀ, ਜਿਹੜੇ ਕਿ ਹੁਣ BJP ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਆ। ਆਪਣਾ ਘਰ ਤਾਂ ਛੱਡ ਕੇ ਕਿਸੇ ਨੂੰ ਜਾਣਾ ਹੀ ਨਹੀਂ ਚਾਹੀਦਾ। ਠੀਕ ਹੈ ਜੀ, MLA ਸਾਹਿਬ ਨੇ ਬਹੁਤ ਉਹਨਾਂ ਦਾ ਮਾਨ ਤਾਨ ਵਧਾਇਆ, ਉਹਨਾਂ ਨੂੰ 4.5 ਸਾਲ ਉਹਨਾਂ ਦੇ ਨਾਲ ਰਹੇ, ਉਹਨਾਂ ਜਿੰਨੇ ਕੰਮ ਸਾਰੇ ਪ੍ਰੋਪਰਟੀਆਂ ਦੇ ਕਰਵਾਉਂਦੇ ਰਹੇ ਅਤੇ ਹੁਣ ਚਲੇ ਗਏ, ਅਤੇ ਉਸ ਤੋਂ ਬਾਅਦ ਵਾਰਡ ਦੀ ਬਾਗਡੋਰ ਮੈਂ ਆਪਣੇ ਹੱਥ ਸੰਭਾਲ ਲਈ। ਦੇਖੋ ਕਿਸੇ ਨੂੰ ਤਾਂ ਮੂਹਰੇ ਆਉਣਾ ਹੀ ਪੈਣਾ ਕੰਮ ਕਰਨ ਲਈ, ਬਾਕੀ ਪਾਰਟੀ ਜਿਹਨੂੰ ਮੌਕਾ ਦੇਗੀ ਜਿੱਧਰ ਜਿਹਨੂੰ ਟਿਕਟ ਦੇਗੀ ਉੱਧਰ ਹੋ ਜੂਗਾ, ਮੈਂ ਪਾਰਟੀ ਦੇ ਨਾਲ ਹਰ ਟਾਈਮ ਨਾਲ ਖੜਾਂ ਜੀ। ਆਪਣੇ ਜਿੰਨੇ ਵੀ ਨੌਜਵਾਨ ਹੈ ਉਹਨਾਂ ਨੂੰ ਮੈਂ ਇਹ ਲਾਮਬੰਦ ਕਰਨਾ ਚਾਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਜਿਹੜੀ ਕਾਰਪੋਰੇਸ਼ਨ ਬਣੇ ਉਹ ਤਕੜੇ ਹੋ ਕੇ ਸਾਡੇ ਕੌਂਸਲਰ ਜਿਹੜੇ ਕੌਂਸਲਰ ਆ ਨਾ ਉਹੀ ਚੁਣੇ ਜਾਣ ਜਿਹੜੇ ਲੋਕਾਂ ਦੇ ਔਖੇ ਵੇਲੇ ਕੰਮ ਹੋਣ, ਸੌਖੇ ਵੇਲੇ ਕੰਮ ਹੋਣ, ਲੋਕਾਂ ਦੇ ਕੰਮ ਕਾਰ ਕਰਨ, ਨਾ ਕਿ ਉਹ ਕਬੂਤਰ ਬਣ ਕੇ ਆੜਣ 'ਚ ਬੈਠਣ ਵਾਲੇ ਬੰਦੇ ਹੋਣ। ਕਾਂਗਰਸ ਵੱਲੋਂ ਪੂਰੀ ਤਿਆਰੀ ਹੈ, ਪੂਰੀ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਆ, ਜੋ ਕਿ ਆਪਣੇ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਆ। ਮੈਂ ਵਾਰਡ ਨੰਬਰ 6 ਤੋਂ ਪ੍ਰੈਜ਼ੀਡੈਂਟ ਯੂਥ ਪਰ ਕਾਂਗਰਸ ਪਾਰਟੀ ਪ੍ਰਧਾਨ ਔਰ ਸਾਡੇ ਸੀਨੀਅਰ ਜਗਦੀਸ਼ ਲਾ ਦਿਸ਼ਾ ਇੰਚਾਰਜ ਜੀ। ਅੱਗੇ ਤੋਂ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਆਉਣ ਵਾਲੇ ਇਲੈਕਸ਼ਨ ਆ ਲੋਕਾਂ ਨੂੰ ਪਤਾ ਲੱਗ ਗਿਆ, ਲੋਕ ਭੁਲੇਖੇ 'ਚੋਂ ਬਾਹਰ ਨਿਕਲ ਗਏ, ਲੋਕਾਂ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਇੱਕ ਬਦਲਾਅ ਦੀ ਨਹੀਂ ਬਦਲੇ ਦੀ ਪਾਰਟੀ ਸੀ, ਇੱਕ ਬਦਲਾ ਜਿਹੜਾ ਆਮ ਆਦਮੀ ਪਾਰਟੀ ਹੈ। ਜਿੰਨੇ ਵੀ MLA ਜਿੱਤੇ ਸਾਰੇ ਗੁਜਰਾਤ ਵਿੱਚ ਪ੍ਰਚਾਰ ਕਰ ਰਹੇ ਕਿ ਇਹਨਾਂ ਨੂੰ ਪੰਜਾਬ ਨਹੀਂ ਦਿਸਦਾ, ਸਾਰੇ ਦੇ ਸਾਰੇ MLA ਕੋਈ ਵੀ ਵਿਕਾਸ ਨਹੀਂ ਕਰਾ ਰਿਹਾ, ਲੋਕ ਦੁਖੀ ਆ ਔਰ ਪਰੇਸ਼ਾਨ ਹੈ। ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਇਹ ਸਾਰਿਆਂ ਨੂੰ ਦੱਸ ਦੇਣਗੇ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਹਾਂ ਸੀ ਅਤੇ ਰਹਾਂਗੇ।